ਤੁਸੀਂ ਕਿਸੇ ਵਿਆਹ ਦੇ ਸਮਾਗਮ ਦੇ ਵਿੱਚ ਜਾਂਦੇ ਹੋ ਜਿੱਥੇ ਗਾਣੇ ਵੱਜ ਰਹੇ ਹੁੰਦੇ ਨੇ, ਲੋਕ ਨੱਚ ਰਹੇ ਹੁੰਦੇ ਨੇ, ਪਰ ਅਚਾਨਕ ਹੀ ਤੁਹਾਡੀ ਨਿਗਾਹ ਇੱਕ ਅਜਿਹੇ ਇਨਸਾਨ ਦੇ ਉੱਪਰ ਪੈਂਦੀ ਹੈ ਜਿਹੜਾ ਹੱਥ ਦੇ ਵਿੱਚ ਗਨ ਲੈ ਕੇ ਉੱਪਰ ਵੱਲ ਨੂੰ ਫਾਇਰ ਕਰ ਰਿਹਾ ਹੁੰਦਾ ਹੈ ਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਹੋ ਕਿ ਤੁਹਾਨੂੰ ਉੱਥੇ ਖੜਨਾ ਚਾਹੀਦਾ ਹੈ ਜਾਂ ਕਿਸੇ ਸੇਫ ਜਗ੍ਹਾ ਦੇ ਉੱਪਰ ਚਲੇ ਜਾਣਾ ਚਾਹੀਦਾ ਹੈ। ਚਾਹੇ ਕਿਸੇ ਦਾ ਵਿਆਹ ਹੋਵੇ, ਚਾਹੇ ਜਨਮਦਿਨ ਹੋਵੇ, ਜਾਂ ਫਿਰ ਨਵੇਂ ਸਾਲ ਦਾ ਕੋਈ ਜਸ਼ਨ ਹੋਵੇ, ਕਿਸੇ ਖੁਸ਼ੀ ਦੇ ਮੌਕੇ ਇਕੱਲੇ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਰੂਸ, ਅਮਰੀਕਾ, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੇ ਵੀ ਖੁਸ਼ੀ ਦੇ ਮੌਕੇ ਤੇ ਹਵਾਈ ਫਾਇਰ ਕੀਤੇ ਜਾਂਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਹਵਾਈ ਫਾਇਰ ਕੀਤੀ ਗਈ ਗੋਲੀ ਦਾ ਹਵਾ ਦੇ ਵਿੱਚ ਕੀ ਹੁੰਦਾ ਹੈ, ਕੀ ਇਹ ਗੋਲੀ ਵਾਪਸ ਜ਼ਮੀਨ ਦੇ ਉੱਪਰ ਡਿੱਗਦੀ ਹੈ, ਜੇਕਰ ਡਿੱਗਦੀ ਹੈ ਤਾਂ ਇਹ ਗੋਲੀ ਦੇ ਨਾਲ ਕੀ ਕਿਸੇ ਇਨਸਾਨ ਦਾ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਉਸਦੀ ਜਾਨ ਜਾ ਸਕਦੀ ਹੈ ਜਾਂ ਨਹੀਂ। ਇਹ ਇੱਕ ਪੁਰਾਣੀ ਕਹਾਵਤ ਹੈ ਕਿ ਜਿਹੜੀ ਚੀਜ਼ ਉੱਪਰ ਨੂੰ ਜਾਂਦੀ ਹੈ ਉਹ ਥੱਲੇ ਜ਼ਰੂਰ ਆਉਂਦੀ ਹੈ, ਚਾਹੇ ਉਹ ਫਿਰ ਗੋਲੀ ਹੋਵੇ ਜਾਂ ਫਿਰ ਕ੍ਰਿਕਟ ਦੀ ਕੋਈ ਬਾਲ ਹੋਵੇ। ਪਰ ਕੀ ਇੱਕ ਟੌਪ ਦੀ ਗੰਦ ਦੇ ਨਾਲ ਫਾਇਰ ਕੀਤੀ ਗੋਲੀ ਦੀ ਇੰਨੀ ਜ਼ਿਆਦਾ ਸਪੀਡ ਹੁੰਦੀ ਹੈ ਕਿ ਉਹ ਉੱਪਰ ਬ੍ਰਹਿਮੰਡ ਦੇ ਵਿੱਚ ਚਲੀ ਜਾਵੇ? ਮੰਨ ਲਓ ਕਿ ਧਰਤੀ ਦਾ ਕੋਈ ਵਾਯੂਮੰਡਲ ਨਹੀਂ ਹੈ ਤੇ ਧਰਤੀ ਦੀ ਸਤ੍ਹਾ ਤੋਂ ਕਿਸੇ ਚੀਜ਼ ਨੂੰ ਬ੍ਰਹਿਮੰਡ ਦੇ ਵਿੱਚ ਪਹੁੰਚਣ ਦੇ ਲਈ ਘੱਟੋ ਘੱਟ 11.8 ਪ੍ਰਤੀ ਕਿਲੋਮੀਟਰ ਦੀ ਬਲੋਸਟੀ ਦੇ ਨਾਲ ਸਾਨੂੰ ਉੱਪਰ ਵੱਲ ਨੂੰ ਸੁੱਟਣਾ ਪਵੇਗਾ। ਇਸ ਨੂੰ ਐਸਕੇਪ ਬਲੋਸਟੀ ਕਹਿੰਦੇ ਨੇ ਤੇ ਅੱਜ ਤੱਕ ਇਨਸਾਨ ਵੱਲੋਂ ਜਿਹੜਾ ਸਭ ਤੋਂ ਜ਼ਿਆਦਾ ਤੇਜ਼ ਚੱਲਣ ਵਾਲਾ ਕਾਰਤੂਸ ਬਣਾਇਆ ਗਿਆ ਹੈ ਉਸ ਦੀ ਸਪੀਡ ਹੈ 0.22। ਇਹ ਸਿਰਫ 1.25 ਕਿਲੋਮੀਟਰ ਪਰ ਸੈਕਿੰਡ ਦੀ ਬਲੋਸਟੀ ਤੋਂ ਹੀ ਇਸ ਨੂੰ ਫਾਇਰ ਕੀਤਾ ਜਾਂਦਾ ਹੈ, ਜਿਹੜੀ ਕਿ ਇੰਨੀ ਘੱਟ ਸਪੀਡ ਹੈ ਕਿ ਜੇਕਰ ਕਿਸੇ ਚੀਜ਼ ਨੂੰ ਬ੍ਰਹਿਮੰਡ ਦੇ ਵਿੱਚ ਸੁੱਟਣਾ ਹੋਵੇ ਉਸ ਤੋਂ 9 ਗੁਣਾ ਘੱਟ ਹੈ। ਚਾਹੇ ਧਰਤੀ ਤੇ ਹਵਾ ਹੋਵੇ ਜਾਂ ਨਾ ਹੋਵੇ ਤਾਂ ਵੀ ਇਹ ਗੋਲੀ ਧਰਤੀ ਦੀ ਗੁਰਤਾਕਰਸ਼ਣ ਤੋਂ ਨਹੀਂ ਬਚੇਗੀ ਅਤੇ ਫਿਰ ਵਾਪਸ ਫਿਰ ਧਰਤੀ ਦੇ ਉੱਪਰ ਹੀ ਡਿੱਗੇਗੀ। ਪਰ ਧਰਤੀ ਦੇ ਉੱਪਰ ਹਵਾ ਹੈ ਤੇ ਏਅਰ ਰੈਸਿਸਟੈਂਟ ਦੇ ਕਾਰਨ ਇਸ ਗੋਲੀ ਦੀ ਉਚਾਈ ਧਰਤੀ ਦੇ ਉੱਪਰ ਹੋਰ ਵੀ ਜ਼ਿਆਦਾ ਘੱਟ ਜਾਂਦੀ ਹੈ। ਇਸ ਲਈ ਤੁਸੀਂ ਦੁਨੀਆ ਦੀ ਚਾਹੇ ਕਿੰਨੀ ਵੀ ਟੌਪ ਦੀ ਗੰਦ ਲਿਆਓ, ਕਿੰਨੀ ਵੀ ਜ਼ਿਆਦਾ ਉਸ ਦੀ ਗੋਲੀ ਦੀ ਸਪੀਡ ਹੋਵੇ, ਉਹ ਧਰਤੀ ਦੇ ਵਾਯੂਮੰਡਲ ਦੀ ਸਭ ਤੋਂ ਥੱਲੇ ਵਾਲੀ ਪਰਤ ਟ੍ਰੋਸੀਫੋਰ ਨੂੰ ਵੀ ਨਹੀਂ ਪਾਰ ਕਰ ਸਕੇਗੀ। ਬੰਦੂਕ ਦੀ ਨਲੀ ਦੇ ਵਿੱਚੋਂ ਗੋਲੀ  600 ਮੀਟਰ ਤੋਂ ਲੈ ਕੇ 900 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਦੇ ਨਾਲ ਬਾਹਰ ਨਿਕਲਦੀ ਹੈ ਤੇ ਇਸ ਨੂੰ ਮਸਲ ਬਲੋਸਟੀ ਕਿਹਾ ਜਾਂਦਾ ਹੈ ਤੇ ਜਦੋਂ ਇੱਕ AK-47 ਦੇ ਵਿੱਚੋਂ ਫਾਇਰ ਕੀਤਾ ਜਾਂਦਾ ਹੈ ਤਾਂ ਇਸ ਦੀ ਗੋਲੀ ਦੀ ਸਪੀਡ ਹੁੰਦੀ ਹੈ 670 ਮੀਟਰ ਪ੍ਰਤੀ ਸੈਕਿੰਡ ਤੇ ਇਹ ਆਵਾਜ਼ ਦੀ ਸਪੀਡ ਦੇ ਨਾਲੋਂ ਲਗਭਗ ਦੁੱਗਣੀ ਹੈ ਤੇ ਇਸ ਗੋਲੀ ਦਾ ਵਜ਼ਨ ਹੁੰਦਾ ਹੈ ਤਕਰੀਬਨ 1 ਰੁਪਏ ਦੇ ਸਿੱਕੇ ਜਿੰਨਾ। ਪਰ ਗੋਲੀ ਦੀ ਸਪੀਡ ਇੰਨੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਸ ਤਰ੍ਹਾਂ ਬਣ ਜਾਂਦਾ ਹੈ ਜਿਵੇਂ 16 ਮੰਜ਼ਿਲ ਇਮਾਰਤ ਦੇ ਉੱਪਰੋਂ ਤੁਹਾਡੇ ਉੱਪਰ ਇੱਕ ਐੱਟ ਸੁੱਟੀ ਜਾਵੇ ਤੇ 16 ਮੰਜ਼ਿਲ ਤੋਂ ਡਿੱਗੀ ਹੋਈ ਇੱਕ ਐੱਟ ਜਿੰਨੀ ਊਰਜਾ ਸਿਰਫ ਇੰਨੀ ਇੱਕ ਛੋਟੀ ਜਿਹੀ ਗੋਲੀ ਦੇ ਵਿੱਚ ਹੁੰਦੀ ਹੈ ਉਸ ਟਾਈਮ। ਇਸ ਲਈ ਇਹ ਗੋਲੀ ਇਨਸਾਨ ਦੀ ਚਮੜੀ ਨੂੰ ਪਾੜ ਕੇ ਉਸ ਦੀਆਂ ਹੱਡੀਆਂ ਨੂੰ ਤੋੜ ਕੇ ਬੁਰੀ ਤਰ੍ਹਾਂ ਦੇ ਨਾਲ ਉਸ ਨੂੰ ਜ਼ਖਮੀ ਕਰ ਸਕਦੀ ਹੈ ਤੇ ਇੱਥੋਂ ਤੱਕ ਕਿ ਉਸ ਨੂੰ ਮਾਰ ਵੀ ਸਕਦੀ ਹੈ। ਪਰ ਜਿਹੜੀ ਗੋਲੀ ਨੂੰ ਉੱਪਰ ਨੂੰ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਹੋਵੇ ਉਨੀ ਹੀ ਜ਼ਿਆਦਾ ਸਪੀਡ ਦੇ ਨਾਲ ਉਹ ਉਸ ਦੁਨੀਆ ਦੇ ਵਿੱਚ ਥੱਲੇ ਨੂੰ ਆਵੇਗੀ ਜਿੱਥੇ ਬਿਲਕੁਲ ਵੀ ਵਾਯੂਮੰਡਲ ਨਹੀਂ ਹੈ, ਜਿਵੇਂ ਕਿ ਚੰਦ। ਹਾਲਾਂਕਿ ਚੰਦ ਦੇ ਉੱਪਰ ਵੀ ਠੀਕ ਠਾਕ ਵਾਯੂਮੰਡਲ ਮੌਜੂਦ ਹੈ। ਜਦੋਂ ਇੱਕ ਗੋਲੀ ਫਾਇਰ ਕੀਤੀ ਜਾਂਦੀ ਹੈ ਤਾਂ ਬੰਦੂਕ ਦੇ ਵਿੱਚ ਹੋਣ ਵਾਲੇ ਵਿਸਫੋਟ ਦੇ ਕਾਰਨ ਗੋਲੀ ਬੰਦੂਕ ਦੇ ਅੰਦਰੋਂ ਬਹੁਤ ਤੇਜ਼ੀ ਦੇ ਨਾਲ ਬਾਹਰ ਨਿਕਲਦੀ ਹੈ। ਇਸ ਤੋਂ ਬਾਅਦ ਗ੍ਰੈਵਿਟੀ ਜਾਂ ਕਹੀਏ ਗੁਰਤਾਕਰਸ਼ਣ ਤੇ ਏਅਰ ਰੈਸਿਸਟੈਂਟ ਇਸ ਦੀ ਸਪੀਡ ਨੂੰ ਘੱਟ ਕਰ ਦਿੰਦੀਆਂ ਨੇ ਤੇ ਹੌਲੀ ਹੌਲੀ ਇਹ ਸਪੀਡ ਘੱਟ ਹੁੰਦੀ ਹੁੰਦੀ ਗੋਲੀ ਰੁਕ ਜਾਂਦੀ ਹੈ ਤੇ ਇਸ ਦੇ ਬਾਅਦ ਇਹ ਗੋਲੀ ਹੌਲੀ ਹੌਲੀ ਥੱਲੇ ਜ਼ਮੀਨ ਦੇ ਉੱਪਰ ਡਿੱਗਣ ਲੱਗਦੀ ਹੈ ਤੇ ਜਦੋਂ ਇਹ ਗੋਲੀ ਹਵਾ ਦੇ ਵਿੱਚੋਂ ਥੱਲੇ ਨੂੰ ਆ ਰਹੀ ਹੁੰਦੀ ਹੈ ਤਾਂ ਹਵਾ ਇਸ ਦੇ ਉੱਪਰ ਵਿਪਰੀਤ ਬਲ ਲਗਾਉਣਾ ਸ਼ੁਰੂ ਕਰ ਦਿੰਦੀ ਹੈ ਜਿਸ ਦੇ ਕਾਰਨ ਇਹ ਗੋਲੀ ਦੀ ਵੈਲੋਸਿਟੀ ਕੁਝ ਘੱਟ ਜਾਂਦੀ ਹੈ। ਗ੍ਰੈਵਿਟੀ ਦੇ ਕਾਰਨ ਜਿੱਦਾਂ ਥੱਲੇ ਨੂੰ ਆਉਂਦੀ ਗੋਲੀ ਦੀ ਸਪੀਡ ਵੱਧਦੀ ਜਾਂਦੀ ਹੈ ਉਦਾਂ ਹੀ ਹਵਾ ਦਾ ਆਕਰਸ਼ਣ ਵੱਧਦਾ ਜਾਂਦਾ ਹੈ ਤੇ ਇੱਕ ਸਮਾਂ ਆਉਂਦਾ ਹੈ ਜਦੋਂ ਗ੍ਰੈਵਿਟੀ ਅਤੇ ਹਵਾ ਦਾ ਆਕਰਸ਼ਣ ਬਲ ਬਿਲਕੁਲ ਬਰਾਬਰ ਹੋ ਜਾਂਦਾ ਹੈ। ਇਸ ਸਥਿਤੀ ਦੇ ਵਿੱਚ ਗੋਲੀ ਦੇ ਉੱਪਰ ਕੋਈ ਨੈੱਟ ਫੋਰਸ ਨਹੀਂ ਲੱਗ ਰਿਹਾ ਹੁੰਦਾ, ਇਸ ਕਰਕੇ ਗੋਲੀ ਦੀ ਜਿਹੜੀ ਵੈਲੋਸਿਟੀ ਵੱਧ ਰਹੀ ਹੁੰਦੀ ਹੈ ਉਹ ਵੀ ਵਧਣੀ ਬੰਦ ਹੋ ਜਾਂਦੀ ਹੈ। ਇਸ ਲਈ ਹੁਣ ਗੋਲੀ ਚਾਹੇ ਕਿੰਨੀ ਵੀ ਉਚਾਈ ਤੋਂ ਥੱਲੇ ਨੂੰ ਕਿਉਂ ਨਾ ਡਿੱਗਦੀ ਹੋਵੇ ਉਸ ਦੀ ਵੈਲੋਸਿਟੀ ਨਹੀਂ ਵੱਧਦੀ। ਐਕਸਪੈਰੀਮੈਂਟ ਤੋਂ ਇਹ ਪਤਾ ਲੱਗਿਆ ਹੈ ਕਿ 60 ਤੋਂ ਲੈ ਕੇ 90 ਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਹੁੰਦੀ ਹੈ ਗੋਲੀ ਦੀ ਜਦੋਂ ਉੱਪਰੋਂ ਥੱਲੇ ਨੂੰ ਡਿੱਗ ਰਹੀ ਹੁੰਦੀ ਹੈ। ਇਹ ਉਹੀ ਗੋਲੀ ਹੁੰਦੀ ਜਿਸ ਨੂੰ ਸਿੱਧਾ ਉੱਪਰ
ਵੱਲ ਨੂੰ ਫਾਇਰ ਕੀਤਾ ਗਿਆ ਹੁੰਦਾ ਹੈ। ਜੇਕਰ ਇਹ ਗੋਲੀ ਮੂੰਹ ਦੇ ਵੱਲ ਬਿਨਾਂ ਹਿੱਲੇ ਡੁੱਲੇ ਥੱਲੇ ਨੂੰ ਆਵੇ ਤਾਂ ਇਸ ਦੀ ਸਪੀਡ ਬਹੁਤ ਜ਼ਿਆਦਾ ਹੋ ਸਕਦੀ ਹੈ, ਪਰ ਆਮ ਤੌਰ 'ਤੇ ਅਜਿਹਾ ਕਦੇ ਵੀ ਨਹੀਂ ਹੁੰਦਾ। ਇਹ ਗੋਲੀ ਉੱਪਰੋਂ ਹੈਲਦੀ ਜਲਦੀ ਆਉਂਦੀ ਹੈ, ਜਿਸ ਕਾਰਨ ਇਸਦੀ ਸਪੀਡ ਘੱਟ ਹੁੰਦੀ ਹੈ, ਅਤੇ ਜਦੋਂ ਇਹ ਗੋਲੀ ਧਰਤੀ ਦੇ ਉੱਪਰ ਡਿੱਗਦੀ ਹੈ, ਫਾਇਰ ਕਰਨ ਵੇਲੇ ਜਿਹੜੀ ਇਸ ਦੀ ਤਾਕਤ ਸੀ ਉਸ ਦੇ ਮੁਕਾਬਲੇ ਸਿਰਫ 10% ਰਹਿ ਜਾਂਦੀ ਹੈ, ਅਤੇ ਫਾਇਰ ਕੀਤੀ ਗਈ ਬੁਲਟ ਦੇ ਵਿੱਚ 1% ਐਨਰਜੀ ਹੀ ਬਚਦੀ ਹੈ। ਅਤੇ ਇਹ ਊਰਜਾ ਹੁੰਦੀ ਹੈ ਜੀ ਸਿਰਫ ਜ਼ਮੀਨ ਤੋਂ 0.5 meter ਦੀ ਉਚਾਈ ਤੋਂ ਸੁੱਟੀ ਗਈ ਹੈ ਕੈਟ ਜਿੰਨੀ, ਪਰ ਜੇਕਰ 60 to 90 ਪ੍ਰਤੀ ਸੈਕਿੰਡ ਦੀ ਸਪੀਡ ਨਾਲ ਗੋਲੀ ਉੱਪਰ ਤੋਂ ਥੱਲੇ ਨੂੰ ਆ ਰਹੀ ਹੈ ਤਾਂ ਇਹ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਪਰ ਫਿਰ ਵੀ ਇਹ ਗੋਲੀ ਦੇ ਵਿੱਚ ਇੰਨੀ ਊਰਜਾ ਹੁੰਦੀ ਹੈ ਕਿ ਕਿਸੇ ਨੂੰ ਇਹ ਜ਼ਖਮੀ ਕਰ ਸਕੇ, ਇੱਥੋਂ ਤੱਕ ਕਿ ਕਿਸੇ ਨੂੰ ਮਾਰ ਵੀ ਸਕਦੀ ਹੈ। ਇਨਸਾਨ ਦੀ ਚਮੜੀ ਨੂੰ ਪਾੜਨ ਦੇ ਲਈ ਜਿੰਨੀ ਵੈਲੋਸਿਟੀ ਆਮ ਚਾਹੀਦੀ ਹੈ ਉਹ ਹੁੰਦੀ ਹੈ ਜੀ ਸਿਰਫ 40 to 50 meter। ਉੱਥੇ ਇਨਸਾਨ ਦੀ ਹੱਡੀ ਨੂੰ ਤੋੜਨ ਦੇ ਲਈ 60 meter ਪ੍ਰਤੀ ਸੈਕਿੰਡ ਦੀ ਵੈਲੋਸਿਟੀ ਦੀ ਜ਼ਰੂਰਤ ਹੁੰਦੀ ਹੈ, ਅਤੇ ਜਿਹੜੀ ਗੋਲੀ ਉੱਪਰ ਤੋਂ ਥੱਲੇ ਨੂੰ ਮੁੜ ਕੇ ਆ ਰਹੀ ਹੁੰਦੀ ਹੈ ਉਸ ਦੀ ਜਿਹੜੀ ਵੈਲੋਸਿਟੀ ਉਹ 180 meter ਪ੍ਰਤੀ ਸੈਕਿੰਡ ਤੱਕ ਹੋ ਜਾਂਦੀ ਹੈ। ਇਸ ਕਰਕੇ ਉੱਪਰ ਤੋਂ ਥੱਲੇ ਡਿੱਗਦੀ ਗੋਲੀ ਵੀ ਇਨਸਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। 6 April 2014 ਨੂੰ ਲਿਬਨਾਨ ਦੇ ਸਡਾਨ ਸ਼ਹਿਰ ਦੇ ਵਿੱਚ ਇੱਕ ਗਰਭਵਤੀ ਔਰਤ ਜਿਹੜੀ ਕਿ 2 ਬੱਚਿਆਂ ਦੀ ਮਾਂ ਵੀ ਸੀ, ਉਸਦੇ ਸਿਰ ਤੇ ਹੀ ਇਸ ਤਰ੍ਹਾਂ ਅਵਾਰਾ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇਹ ਗੋਲੀ ਉਸਦੇ ਗਵਾਂਢ ਦੇ ਵਿੱਚ ਹੋ ਰਹੇ ਵਿਆਹ ਦੇ ਸਮਾਗਮ ਦੇ ਵਿੱਚ ਕਿਸੇ ਨੇ ਉੱਪਰ ਨੂੰ ਫਾਇਰ ਕੀਤੀ ਸੀ। 12 October 2003 ਨੂੰ ਸਰਬੀਆ ਦੇ ਬਿਲਗ੍ਰੇਡ ਦੇ ਵਿੱਚ ਵਿਆਹ ਵਿੱਚ ਆਏ ਮਹਿਮਾਨਾਂ ਨੇ ਉੱਪਰ ਨੂੰ ਹਵਾਈ ਫਾਇਰ ਕਰ ਦਿੱਤਾ ਤੇ ਉੱਪਰੋਂ ਲੰਘ ਰਹੇ ਇੱਕ 2-seater ਯਾਤਰੀ ਵਿਮਾਨ ਦੇ ਨਾਲ ਉਹ ਫਾਇਰ ਉਹਨਾਂ ਦਾ ਲੱਗਦਾ ਹੈ ਤੇ ਉਸ ਦੇ ਨਾਲ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਨੇ। ਵਿਆਹ ਨੂੰ ਇੱਕ ਖੁਸ਼ੀ ਦਾ ਮੌਕਾ ਮੰਨਿਆ ਜਾਂਦਾ ਹੈ, ਪਰ ਉੱਤਰ ਭਾਰਤ ਦੇ ਵਿੱਚ ਅਜਿਹੇ ਕਈ ਹੈਰਾਨ ਕਰਨ ਵਾਲੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ। ਵਿਆਹ ਦੇ ਮੌਕੇ ਕੀਤੀ ਗਈ ਹਵਾਈ ਫਾਇਰਿੰਗ ਕਿਸੇ ਵੀ ਮੌਕੇ ਇੱਕ ਦੁਰਘਟਨਾ ਦਾ ਰੂਪ ਲੈ ਸਕਦੀ ਹੈ। December 2019 ਦੇ ਵਿੱਚ ਇੰਡੀਆ ਦੀ ਸਰਕਾਰ ਨੇ ਦਾ ਗਨ ਸੈਗਮੈਂਟ ਸ਼ੁਰੂ ਕੀਤਾ ਸੀ। ਉਦੋਂ ਉਹਨਾਂ ਨੇ ਕਿਹਾ ਸੀ ਕਿਸੇ ਵੀ ਸਾਂਝੀ ਜਗ੍ਹਾ, ਧਾਰਮਿਕ ਸਮਾਗਮ ਜਾਂ ਵਿਆਹ ਦੇ ਵਿੱਚ ਕੋਈ ਵੀ ਆਪਣੀ ਲਾਇਸੈਂਸੀ ਰਫਲ ਦੇ ਨਾਲ ਫਾਇਰ ਨਹੀਂ ਕਰ ਸਕਦਾ ਤੇ ਇਹ ਇੱਕ ਕ੍ਰਿਮੀਨਲ ਅਫੈਂਸ ਹੋਵੇਗਾ, ਤੇ ਜੇਕਰ ਕੋਈ ਅਜਿਹਾ ਕਰਦਾ ਹੈ ਉਸ ਨੂੰ 2 ਸਾਲ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਜਾਵੇਗਾ। ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਵੇਗਾ ਕਿ ਜੇਕਰ ਫਾਇਰ ਕਰਨਾ ਕਾਨੂੰਨੀ ਨਹੀਂ ਹੈ ਤਾਂ ਮਿਲਟਰੀ ਦੇ ਜਿਹੜੇ ਸਮਾਗਮ ਹੁੰਦੇ ਨੇ, ਫਨਰਲ ਹੁੰਦੇ ਨੇ, ਉਹਨਾਂ ਦੇ ਉੱਪਰ ਫਾਇਰ ਕਿਉਂ ਕੀਤੇ ਜਾਂਦੇ ਨੇ, ਤੇ ਜੇਕਰ ਇਹ ਇੰਨਾ ਜ਼ਿਆਦਾ ਖਤਰਨਾਕ ਹੈ ਤਾਂ ਫਿਰ 21 ਤੋਪਾਂ ਦੀ ਸਲਾਮੀ ਕਿਵੇਂ ਦਿੱਤੀ ਜਾਂਦੀ ਹੈ? ਇਸ ਸਵਾਲ ਦਾ ਜਵਾਬ ਬਿਲਕੁਲ ਆਸਾਨ ਹੈ ਕਿ ਇਹਨਾਂ ਮੌਕਿਆਂ ਤੇ ਜਿਹੜੀਆਂ ਗੋਲੀਆਂ ਫਾਇਰ ਕੀਤੀਆਂ ਜਾਂਦੀਆਂ ਨੇ ਉਹ ਸਿਰਫ ਆਵਾਜ਼ ਵਾਲੀਆਂ ਹੁੰਦੀਆਂ ਨੇ, ਇਹ ਸਿਰਫ ਆਵਾਜ਼ ਤੇ ਧੂੰਆਂ ਕਰਦੀਆਂ ਨੇ, ਫਾਇਰ ਨਹੀਂ ਕਰਦੀਆਂ। ਇਹ ਸਾਂਝੀ ਕੁਝ ਗਨ ਦੇ ਨਾਲ ਜੁੜੇ ਹੋਏ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।